ਪੰਜਾਬ ਪੁਲਿਸ ਵੱਲੋਂ ਨਿਤਦਿਨ ਨਸ਼ਾ ਤਸਕਰਾਂ ਤੇ ਹੋਰ ਵੱਡੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਗਰੋਹਾਂ ਨੂੰ ਕਾਬੂ ਕੀਤਾ ਜਾਂਦਾ ਹੈ। ਅਜਿਹਾ ਇੱਕ ਮਾਮਲਾ ਪਠਾਨਕੋਟ ਤੋਂ ਸਾਹਮਣੇ ਆਇਆ ਜਿੱਥੇ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਜਿਸ ਕੋਲੋਂ ਇੱਕ ਪਿਸਤੌਲ ਤੇ 6 ਜ਼ਿੰਦਾ ਕਾਰਤੂਸ ਬਰਾਮਦ ਹੋਏ ਨੇ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਹਿਮਾਚਲ ਤੋਂ ਇੱਕ ਵਿਅਕਤੀ ਨਜਾਇਜ਼ ਹਥਿਆਰਾਂ ਨਾਲ ਆ ਰਿਹਾ ਸੀ ਜਿਸ ਦੀ ਨਾਕਾ ਦੌਰਾਨ ਚੈਕਿੰਗ ਲੈਣ ਤੇ ਉਸ ਕੋਲੋਂ ਕਾਰਤੂਸ ਬਰਾਮਦ ਹੋਏ ਨੇ ਤੇ ਜਿਸ ਖਿਲਾਫ ਹੁਣ ਮਾਮਲਾ ਦਰਜ ਕਰ ਲਿਆ ਗਿਆ। ਨਾਲ ਹੀ ਕਿਹਾ ਕਿ ਇਸ ਵਿਅਕਤੀ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਜਿਸ ਦੀ ਪਿਛਲੇ ਲੰਬੇ ਸਮੇਂ ਤੋਂ ਭਾਲ ਕੀਤੀ ਜਾ ਰਹੀ ਸੀ। ਪਾਰਟੀ ਨੇ ਸਟੱਡੀ ਨਾਲ ਜਿਹੜਾ ਗੱਡੀ ਚੈੱਕ ਕੀਤੀ ਇਹ ਆਪਣੀ ਗੱਡੀ 'ਤੇ ਜਿਹੜਾ ਮਿਥਨ ਆਇਆ ਇਹ ਤਲਾਸ਼ੀ ਕਰਦੇ ਪਿਸਟਲ ਅਤੇ 6 ਰਾਊਂਡ ਜਿਹੜੇ ਕ੍ਰਮਾਂ ਦਰਜ ਕਰਕੇ ਪੇਸ਼ ਕੀਤੀ ਜਾ ਰਹੀ। ਪਹਿਲਾਂ ਇਹਦੇ ਖਿਲਾਫ ਕਾਫੀ ਝਗੜੇ ਦੇ ਮੁਕਦਮੇ ਦਰਜ ਇਹ ਸਲਾਹ ਨਜਾਇਜ਼ ਅੱਜ ਤੱਕ ਤਫਤੀਸ਼ ਆ ਰਹੀ ਹੈ ਪੁਰਾਣੇ ਤਫਤੀਸ਼ ਕੁਛ ਹਿਸਾਬ ਇਸ ਚੀਜ਼ ਤੋਂ ਬਣ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ ਟੀਵੀ।